ਸੀ ਆਨਰੇਬਲ ਸਪੀਕਰ ਸਾਹਿਬ ਨੂੰ ਸਾਰੇ ਸਾਥੀ ਅਸੀਂ ਮਿਲ ਕੇ ਆਏ ਆ। ਸਪੀਕਰ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਬਹੁਤ ਅਨਫੋਰਚੂਨੇਟ ਅੱਜ ਇਨਸੀਡੈਂਟ ਹੋਇਆ ਜਿਹਦੇ ਵਿੱਚ ਵਿਦਆਊਟ ਪ੍ਰੋਵੋਕੇਸ਼ਨ ਸੀਐਮ ਪੰਜਾਬ ਭਗਵੰਤ ਮਾਨ ਨੇ ਆਪੋਜੀਸ਼ਨ ਦੀਆਂ ਸਮੁੱਚੀਆਂ ਪਾਰਟੀਆਂ ਨੂੰ ਤੇ ਵਿਸ਼ੇਸ਼ ਤੌਰ ਕਾਂਗਰਸ ਦੀ ਲੀਡਰਸ਼ਿਪ ਨੂੰ ਹੱਥ ਕਰਕੇ ਥ੍ਰੈਟਨ ਕੀਤਾ, ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨੇ ਕੁਝ ਬੰਦੇ ਉਹ ਨੇਮ ਕੀਤੇ ਜਿਹੜੇ ਹਾਊਸ ਦੇ ਵਿੱਚ ਨਹੀਂ ਨੇ। ਤੋ ਇਸ ਦੇ ਖਿਲਾਫ ਅਸੀਂ ਇਹ ਗੱਲ ਫੈਸਲਾ ਸਾਰਿਆਂ ਨੇ ਕੀਤਾ ਕਿ ਜਿੰਨੀ ਦੇਰ ਭਗਵੰਤ ਮਾਨ ਹਾਊਸ ਦੇ ਵਿੱਚ ਆ ਕੇ ਬਕਾਇਦਾ ਤੌਰ ਆਪਣੀ ਇਸ ਬਿਆਨੀ ਤੋਂ ਵਾਪਸ ਨਹੀਂ ਲੈਂਦੇ, ਰਿਗਰੈਟਸ ਨਹੀਂ ਮੰਗਦੇ, ਉਨੀ ਦੇਰ ਵਾਸਤੇ ਸਾਡੇ ਵਾਸਤੇ ਮੁਸ਼ਕਲ ਹੋਏਗਾ। ਤੋ ਅੱਜ ਸਪੀਕਰ ਸਾਹਿਬ ਨੇ ਫਿਰ ਸਾਨੂੰ ਆਪਣੇ ਚੈਂਬਰ 'ਚ ਬੁਲਾਇਆ ਸੀ। ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਰਿਕਾਰਡ ਕਢਾ ਲਓ, ਚੰਗੀ ਤਰ੍ਹਾਂ ਵੇਖ ਲਓ। ਹੀ ਹੈਜ਼ ਥ੍ਰੈਟਨਡ ਦੀ ਐਮਐਲਏਜ਼ ਐਂਡ ਕੋਲੀਗਸ। ਜੇ ਥ੍ਰੈਟਨਿੰਗ ਵਰਡ ਹੈ ਤੇ ਹੀ ਸ਼ੁੱਡ ਅਪੋਲੋਜਾਈਜ਼ ਇਨ ਦੀ ਹਾਊਸ ਐਂਡ ਸ਼ੋ ਰਿਗਰੈਟਸ। ਇਫ ਹੀ ਡਜ਼ ਨਾਟ ਡੂ ਦੈਟ, ਬਾਕੀ ਦਾ ਫੈਸਲਾ ਅਸੀਂ ਸਵੇਰੇ ਕੱਲ ਸਾਰੇ ਸਾਥੀ 9:30 ਵਜੇ ਫੇਰ ਪਹਿਲੇ ਮਿਲ ਕੇ ਇਹਦਾ ਫੈਸਲਾ ਕਰਾਂਗੇ। ਨਾਲ ਹੀ ਅਸੀਂ ਆਨਰੇਬਲ ਗਵਰਨਰ ਨੂੰ ਰਿਕੁਐਸਟ ਭੇਜੀ, ਵੀ ਵਾਂਟ ਟੂ ਮੀਟ ਹਿਮ, ਵੀ ਵਾਂਟ ਟੂ ਟੈਲ ਹਿਮ ਕਿ ਇੱਥੇ ਪੰਜਾਬ ਦੇ ਵਿੱਚ ਕਿਸ ਕਿਸਮ ਦਾ ਵਾਤਾਵਰਣ ਬਣ ਰਿਹਾ। ਦੇਰ ਆਰ ਲੋਟ ਆਫ ਥਿੰਗਸ ਜਿਹੜੀ ਇਸ ਟਾਈਮ ਔਨ ਕੈਮਰਾ ਵੀ ਮੇ ਨਾਟ ਬੀ ਇਨ ਅ ਪੋਜੀਸ਼ਨ ਟੂ ਟੈਲ ਯੂ, ਜੋ ਵੀ ਗੱਲ ਹੈ। ਤੇ ਬਾਕੀ ਗੱਲ ਅਸੀਂ ਕੱਲ ਸਵੇਰੇ ਮਿਲ ਕੇ ਤੁਹਾਡੇ ਹੁਣ ਸੈਸ਼ਨ 'ਚ ਸ਼ਾਮਲ ਹੋਵਾਂਗੇ। ਹੁਣ ਸ਼ਾਮਲ ਹੋਣ ਤੱਕ ਚੀਫ ਮਿਨਿਸਟਰ ਜੇ ਮਾਫੀ ਮੰਗੇਗਾ ਹੀ ਆਉਣ ਨੂੰ ਤਿਆਰ ਹੈ। ਅਸੀਂ ਕਿਹਾ ਸੱਦ ਲਿਓ ਸਾਨੂੰ ਕੱਲ। ਜੇ ਔਨ ਦੀ ਫਲੋਰ ਆਫ ਦੀ ਹਾਊਸ ਆ ਕੇ ਮਾਫੀ ਮੰਗਦਾ ਹੈ, ਕਹਿੰਦਾ ਮੇਰੇ ਕੋਲ ਗਲਤ ਸ਼ਬਦਾਵਲੀ ਇਸਤੇਮਾਲ ਹੋਈ, ਮੈਂ ਵਾਪਸ ਲੈਂਦਾ, ਤੇ ਸਪੀਕ ਵੀ ਆਰ ਜਸਟ ਕਾਲ ਅਵੇ, 5 ਮਿੰਟਾਂ 'ਚ ਵਾਪਸ ਆ ਜਾਾਂਗੇ। ਜੇ ਨਹੀਂ ਹੋਏਗਾ ਤਾਂ ਦੈਨ ਵੀ ਵਿਲ ਥਿੰਕ ਸਵੇਰੇ ਕੀ ਕਰਨਾ। ਸਵੇਰੇ ਦੁਬਾਰਾ ਮੀਟਿੰਗ ਹੋ ਗਈ, ਸਵੇਰੇ ਮੀਟਿੰਗ ਹੋਏਗੀ ਐਂਡ ਨੋਬਡੀ ਇਜ਼ ਗੋਇੰਗ ਟੂ ਟੇਕ ਅ ਲੀਨੈਂਟ ਵਿਊ ਆਫ ਵਾਟ ਭਗਵੰਤ ਮਾਨ ਹੈ। We have already told ਭਗਵੰਤ ਮਾਨ ਕਿ ਤੂੰ ਜੋ ਕੁਝ ਕਰਨਾ ਚਾਹੁੰਦਾ ਕਰ, ਇਹ ਗੱਲ ਤੇਰਾ ਤੌਰ ਤਰੀਕਾ ਗਲਤ ਹੈ, ਇਹ ਵਤੀਰਾ ਤੇਰਾ ਗਲਤ ਹੈ। Lot of chief ministers have come here in the past. They were all tall figures. They all knew how to keep decorum. ਆਪਣੇ ਮੈਂਬਰਾਂ ਦੀ ਇੱਜ਼ਤ ਤੇ ਦੂਸਰੀ opposition ਪਾਰਟੀ ਦੀ ਵੀ ਇੱਜ਼ਤ ਮਾਨ ਕਿਸ ਤਰ੍ਹਾਂ ਕਰਦੀ ਹੈ। ਤੋ ਅਨਫੋਰਚੂਨੇਟ ਗੱਲ ਹੈ। ਸੋ ਇੰਨੀ ਹੀ ਗੱਲ ਕੀਤੀ ਅਸੀਂ ਆਨਰੇਬਲ ਸਪੀਕਰ ਸਾਹਿਬ ਨੂੰ ਸਾਰੇ ਸਾਥੀ ਅਸੀਂ ਮਿਲ ਕੇ ਆਏ ਆ। ਸਪੀਕਰ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਬਹੁਤ ਅਨਫੋਰਚੂਨੇਟ ਅੱਜ ਇਨਸੀਡੈਂਟ ਹੋਇਆ ਜਿਹਦੇ ਵਿੱਚ ਵਿਦਆਊਟ ਪ੍ਰੋਵੋਕੇਸ਼ਨ ਸੀਐਮ ਪੰਜਾਬ ਭਗਵੰਤ ਮਾਨ ਨੇ ਆਪੋਜੀਸ਼ਨ ਦੀਆਂ ਸਮੁੱਚੀਆਂ ਪਾਰਟੀਆਂ ਨੂੰ ਤੇ ਵਿਸ਼ੇਸ਼ ਤੌਰ ਕਾਂਗਰਸ ਦੀ ਲੀਡਰਸ਼ਿਪ ਨੂੰ ਹੱਥ ਕਰਕੇ ਥ੍ਰੈਟਨ ਕੀਤਾ, ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨੇ ਕੁਝ ਬੰਦੇ ਉਹ ਨੇਮ ਕੀਤੇ ਜਿਹੜੇ ਹਾਊਸ ਦੇ ਵਿੱਚ ਨਹੀਂ ਨੇ। ਤੋ ਇਸ ਦੇ ਖਿਲਾਫ ਅਸੀਂ ਇਹ ਗੱਲ ਫੈਸਲਾ ਸਾਰਿਆਂ ਨੇ ਕੀਤਾ ਕਿ ਜਿੰਨੀ ਦੇਰ ਭਗਵੰਤ ਮਾਨ ਹਾਊਸ ਦੇ ਵਿੱਚ ਆ ਕੇ ਬਕਾਇਦਾ ਤੌਰ ਆਪਣੀ ਇਸ ਬਿਆਨੀ ਤੋਂ ਵਾਪਸ ਨਹੀਂ ਲੈਂਦੇ, ਰਿਗਰੈਟਸ ਨਹੀਂ ਮੰਗਦੇ, ਉਨੀ ਦੇਰ ਵਾਸਤੇ ਸਾਡੇ ਵਾਸਤੇ ਮੁਸ਼ਕਲ ਹੋਏਗਾ। ਤੋ ਅੱਜ ਸਪੀਕਰ ਸਾਹਿਬ ਨੇ ਫਿਰ ਸਾਨੂੰ ਆਪਣੇ ਚੈਂਬਰ 'ਚ ਬੁਲਾਇਆ ਸੀ।